ਅਕਾਲ ਜੀ। ਇੱਕ ਹੋਰ ਕੁਐਸਚਨ ਦਾ ਆਨਸਰ ਦੇਣ ਜਾ ਰਿਹਾ ਸੀਗਾ ਸਟੂਡੈਂਟ। ਕਹਿੰਦੇ ਆ ਵੀ ਮੈਨੂੰ ਆਪਦੀ ਲਿਖੀ ਆਊਟਲਾਈਨ ਭੁੱਲ ਜਾਂਦੀ ਆ, ਮੈਨੂੰ ਅੱਖਰ ਭੁੱਲ ਜਾਂਦੇ, ਮੈਨੂੰ ਫਰੇਜ਼ ਭੁੱਲ ਜਾਂਦੀਆਂ, ਮੈਨੂੰ ਗ੍ਰਾਮ ਲੋਗ ਸ਼ਬਦ ਚਿੰਨ ਭੁੱਲ ਜਾਂਦੇ ਆ, ਉਹਦਾ ਕੀ ਹੱਲ ਕੀਤਾ ਜਾਵੇ? ਉਹਦਾ ਹੱਲ ਇਹੀ ਆ ਜਿਵੇਂ ਆਪਾਂ ਸਟਾਰਟਿੰਗ 'ਤੇ ਕੀਤਾ ਸੀ, ਜਦੋਂ ਆਪਾਂ ਊੜਾੜਾ ਸਿੱਖਿਆ ਸੀਗਾ, ABC ਸਿੱਖੀ ਸੀ, ਜਾਂ 1 ਤੋਂ ਲੈ ਕੇ 10 ਤੱਕ, 1 ਤੋਂ 100 ਤੱਕ ਆਪਾਂ ਯਾਦ ਕੀਤਾ ਸੀਗਾ। ਆਪਾਂ ਡੇਲੀ ਖਾਣਾ ਖਾ ਰਹੇ ਹਾਂ, ਹੱਥ ਚੱਲਦਾ ਪਿਆ, ਆਪਣੇ ਹੱਥ ਨੂੰ ਪੂਰਾ ਯਾਦ ਆ ਵੀ ਉਹਦਾ ਮੂੰਹ ਕਿੱਥੇ ਆ, ਕਦੇ ਨੱਕ ਵਿੱਚ ਜਾਂ ਕਿਤੇ ਹੋਰ ਪਾਸੇ ਨਹੀਂ ਜਾਂਦਾ। ਆਪਾਂ ਉਹਨੂੰ ਹੱਥ ਨੂੰ ਯਾਦ ਕਰਾਇਆ ਹੋਇਆ ਵੀ ਤੇਰਾ ਮੂੰਹ ਕਿੱਥੇ ਆ, ਵੀ ਕਿੱਥੇ ਤੂੰ ਖਾਣਾ ਪਾਉਣਾ ਹੈ। ਉਸੇ ਦੇ ਅਕੋਰਡਿੰਗ ਬਹੁਤ ਇਸ ਤਰ੍ਹਾਂ ਦੇ ਕੰਮ ਹੈਗੇ ਜਿਹੜੇ ਆਪਾਂ ਬਿਨਾਂ ਯਾਦ ਕੀਤੇ ਵੀ ਲਿਖ ਦਿੰਦੇ ਹਾਂ, ਬਿਨਾਂ ਯਾਦ ਕੀਤੇ ਵੀ ਕੰਮ ਕਰ ਲੈਂਦੇ ਹਾਂ। ਆਪਾਂ ਖਾਣਾ ਖਾਈ ਜਾਂਦੇ, ਆਪਣਾ ਧਿਆਨ TV ਵਿੱਚ ਆ, ਮੂਵੀ ਚੱਲਦੀ ਪਈ, ਉਹਨੂੰ ਇੰਜੋਏ ਕਰ ਰਹੇ, ਖਾਣਾ ਆਪਣਾ ਖਾਈ ਜਾਂਦੇ ਹਾਂ, ਮੋਟਰਸਾਈਕਲ ਚਲਾ ਰਹੇ ਹਾਂ, ਫੋਨ ਆਪਾਂ ਸੁਣ ਰਹੇ ਹਾਂ, ਧਿਆਨ ਆਪਣਾ ਫੋਨ ਚੜ੍ਹ, ਬੰਦਾ ਉਹਦੇ ਨਾਲ ਗੱਲ ਹੋ ਰਹੀ ਆ, ਧਿਆਨ ਆਪਣਾ ਉਹਦੇ ਵਿੱਚ ਆ, ਫਿਰ ਵੀ ਆਪਾਂ ਬਾਈਕ ਚਲਾ ਰਹੇ ਹਾਂ, ਆਪਣੇ ਘਰ ਨੂੰ ਆ ਰਹੇ ਹਾਂ, ਆਪਾਂ ਆਪਦਾ ਘਰ ਦਾ ਰਸਤਾ ਨਹੀਂ ਭੁੱਲਦੇ ਕਦੇ ਵੀ। ਕਿਉਂ ਨਹੀਂ ਭੁੱਲਦੇ? ਆਪਣੇ ਮਾਇੰਡ ਦੇ ਦੋ ਹਿੱਸੇ ਹੁੰਦੇ ਆ, ਇੱਕ ਹਿੱਸਾ ਜਿਹਨਾਂ ਤੁਸੀਂ ਇਹ ਵੀਡੀਓ ਸੁਣਦੇ ਪਏ, ਇਸ ਵੀਡੀਓ ਨੂੰ ਪੌਜ਼ ਕਰੋ, ਹੁਣੇ ਰੋਕ ਲਓ ਇਸ ਵੀਡੀਓ ਨੂੰ, ਪੌਜ਼ ਕਰੋ, ਠੀਕ ਹੈ। ਇਸ ਵੀਡੀਓ ਨੂੰ ਪੌਜ਼ ਕਰਨ ਤੋਂ ਬਾਅਦ ਤੁਸੀਂ ਪ੍ਰੈਜੈਂਟ 'ਚ ਰਹਿਣਾ, ਨਾ ਤਾਂ ਪਿੱਛੇ ਜਾਣਾ ਵੀ ਜਿਹੜਾ ਹੋ ਚੁੱਕਿਆ, ਨਾ ਤਾਂ ਤੁਸੀਂ ਉਹਨੂੰ ਯਾਦ ਕਰਨਾ, ਜਾਂ ਅੱਗੇ ਤੁਸੀਂ ਜਿਹੜਾ ਫਿਊਚਰ ਤੁਹਾਡਾ ਕੁਛ ਕੱਲ੍ਹ ਨੂੰ ਹੋਣਾ ਜਾਂ ਅੱਜ ਸ਼ਾਮ ਨੂੰ ਹੋਣਾ ਆ, ਉਹਦੇ ਬਾਰੇ ਨਹੀਂ ਸੋਚਣਾ ਹੈਗਾ, ਬਿਲਕੁਲ ਪ੍ਰੈਜੈਂਟ 'ਚ ਰਹਿਣਾ। ਡਿਕਟੇਸ਼ਨ ਲਿਖਣ ਲੱਗੇ, ਡਿਕਟੇਸ਼ਨ ਚੱਲ ਰਹੀ ਆ, ਤੁਸੀਂ ਲਿਖਦੇ ਜਾ ਰਹੇ ਹਾਂ, ਪਰ ਦਿਮਾਗ ਤੁਹਾਡਾ ਪਿੱਛੇ ਆ ਜਾਂ ਅੱਗੇ ਆ, ਤੁਹਾਡਾ ਦਿਮਾਗ ਜਿਹੜਾ ਦਿਮਾਗ ਆ ਉਹ ਪ੍ਰੈਜੈਂਟ ਨਹੀਂ ਹੈਗਾ, ਪ੍ਰੈਜੈਂਟ 'ਚ ਨਹੀਂ ਰਹਿ ਰਿਹਾ, ਉਹ ਅੱਗੇ ਪਿੱਛੇ ਸੋਚੀ ਜਾਂਦਾ ਆ। ਬਿਲਕੁਲ ਸ਼ਾਂਤ ਹੋ ਜਾਓ ਜਿੱਥੇ ਤੁਸੀਂ ਇਸ ਟਾਈਮ ਬੈਠੇ ਹੋ, ਇਸ ਵੀਡੀਓ ਨੂੰ ਪੌਜ਼ ਕਰ ਦਿਓ ਅਤੇ ਉਹਨੂੰ ਰੋਕ ਕੇ ਪ੍ਰੈਜੈਂਟ 'ਚ ਆ ਜਾਓ, ਆਪਦੀ ਸੋਚ ਨੂੰ ਦਿਮਾਗ ਨੂੰ ਰੋਕੋ, ਵੀ ਉਹ ਜਿਹੜਾ ਬਿਨਾਂ ਗਲਤ ਚੱਲੀ ਜਾਂਦਾ ਨਾ ਉਹਨੂੰ ਰੋਕੋ। ਪ੍ਰੈਜੈਂਟ 'ਚ ਫੀਲ ਕਰੋ, ਤੁਹਾਡੇ ਜਿੱਥੇ ਤੁਸੀਂ ਬੈਠੇ ਹੋ ਇਸ ਵੀਡੀਓ ਨੂੰ ਸੁਣਦੇ ਪਏ, ਪ੍ਰੈਜੈਂਟ 'ਚ ਕੀ ਹੋ ਰਿਹਾ, ਕੀ ਕੋਈ ਆਸੇ ਪਾਸੇ ਸ਼ੋਰ ਹੋ ਰਿਹਾ, ਕੋਈ ਟਾਈਮ ਪੀਸ ਦੀ ਸਾਊਂਡ ਆ ਰਹੀ ਆ, ਜਾਂ ਕੋਈ ਦੂਰ ਦੀ ਕੋਈ ਵਹੀਕਲ ਲੰਘਦਾ ਪਿਆ ਉਹਦੀ ਆਵਾਜ਼ ਆ ਰਹੀ ਆ, ਉਹਨੂੰ ਪ੍ਰੈਜੈਂਟ ਲਈ ਜੋ ਕੁਛ ਹੋ ਰਿਹਾ ਪ੍ਰੈਜੈਂਟ 'ਚ ਸੋਚੋ, ਕੋਈ ਪੱਖੇ ਦੀ ਆਵਾਜ਼ ਆ ਰਹੀ ਆ, ਕੋਈ ਤੁਹਾਡੇ ਕਮਰੇ ਦੇ ਬਾਹਰ ਕੁਛ ਆਵਾਜ਼ ਆ ਰਹੀ ਆ, ਉਹਨੂੰ ਪ੍ਰੈਜੈਂਟ ਲਈ ਸੁਣਨਾ ਪੈਣਾ, ਉਸ ਪ੍ਰੈਜੈਂਟ ਦੇ ਵਿੱਚ ਰਹਿ ਕੇ ਹੀ ਡਿਕਟੇਸ਼ਨ ਲਿਖੀ ਜਾਊਗੀ। ਜੋ ਪ੍ਰੈਜੈਂਟ ਲੈ ਕੇ ਰਹਿ ਕੇ ਡਿਕਟੇਸ਼ਨ ਲਿਖਾਂਗੇ ਅਤੇ ਫਿਰ ਹੀ ਉਹਦੇ ਅੱਖਰ ਪੂਰੇ ਕਲੀਅਰਲੀ ਲਿਖੇ ਜਾਣਗੇ ਅਤੇ ਉਹੀ ਤੁਹਾਨੂੰ ਯਾਦ ਰਹਿਣਗੇ। ਹੁਣ ਦਿਮਾਗ ਤਾਂ ਕਿਸੇ ਹੋਰ ਪਾਸੇ ਸੀਗਾ, ਡਿਕਟੇਸ਼ਨ ਲਿਖੀ ਜਾ ਰਹੇ ਹਾਂ, ਆਊਟਲਾਈਨ ਵੇੜਦੀ ਜਾ ਰਹੀ ਆ, ਜੇ ਆਊਟਲਾਈਨ ਲਿਖੀ ਵੀ ਜਾ ਰਹੀ ਆ ਉਹ ਦਿਮਾਗ 'ਚ ਪ੍ਰੋਪਰਲੀ ਜਾ ਨਹੀਂ ਰਹੀ ਵੀ ਕੀ ਅੱਖਰ ਬਣਾ ਰਹੇ ਹਾਂ। ਆਪਾਂ ਪ੍ਰੈਕਟਿਸ ਕੀਤੀ ਹੋਈ ਆ, ਇਹ ਨਹੀਂ ਹੈਗਾ ਆਪਣੇ ਆਊਟਲਾਈਨ ਗਲਤ ਬਣ ਰਹੀ ਆ, ਪ੍ਰੈਕਟਿਸ ਕੀਤੀ ਹੋਈ ਆ ਪ੍ਰੋਪਰਲੀ। ਆਪਾਂ ਜਦੋਂ ਪੇਜ ਪਹਿਲਾਂ ਭਰੇ ਸੀ ਸਟਾਰਟਿੰਗ ਤੋਂ ਉਸ ਆਊਟਲਾਈਨ ਬਣਾਉਣ ਲਈ, ਇਹਦੇ ਆਪਾਂ ਅਲਫਾਬੈਟ ਸਿੱਖੀ ਆ ਪੰਜਾਬੀ ਇੰਗਲਿਸ਼ ਦੀ ਸਿੱਖਦੇ ਹਾਂ, ਜਦੋਂ ਉਹ 'ਚ ਸਟਾਰਟਿੰਗ 'ਤੇ ਬਹੁਤ ਪੇਜ ਭਰ ਲਏ, ਆਪਾਂ ਨੂੰ ਯਾਦ ਹੋ ਗਿਆ ਉਹਦੇ ਅਕੋਰਡਿੰਗ ਅੱਖਰ ਪੈ ਰਹੇ ਆ, ਪਰ ਤਾਂ ਧਿਆਨ ਇੱਧਰ ਨਾ ਹੋਣ ਕਰਕੇ, ਪ੍ਰੈਜੈਂਟ 'ਚ ਨਾ ਹੋਣ ਕਰਕੇ, ਫਿਊਚਰ ਜਾਂ ਪਾਸਟ ਵਿੱਚ ਹੋਣ ਕਰਕੇ ਉਹ ਸਾਰਾ ਗਾਇਬ ਹੋ ਰਿਹਾ। ਅੱਖਰ ਕਿਹੜੇ ਨਹੀਂ ਭੁੱਲਦੇ? ਜਿਹੜੇ ਆਪਣੇ ਮਾਇੰਡ ਦਾ ਜਿਹੜਾ ਦੂਜਾ ਹਿੱਸਾ ਹੈਗਾ, ਇੱਕ ਤਾਂ ਹੈਗਾ ਕੌਨਸ਼ੀਅਸ ਜਿਹ 'ਚ ਆਪਾਂ ਗੱਲ ਕਰ ਰਹੇ ਹਾਂ, ਵੀਡੀਓ ਵੇਖ ਰਹੇ ਹਾਂ, ਇੱਕ ਜਿਹੜਾ ਸਾਈਡ 'ਤੇ ਹੋਰ ਚੱਲੀ ਜਾਂਦਾ, ਵੀਡੀਓ ਸੁਣ ਰਹੇ ਹੋ ਦਿਮਾਗ, ਇੱਕ ਚੀਜ਼ ਹੋਰ ਤੁਹਾਡੇ ਦਿਮਾਗ 'ਚ ਆ ਰਹੀ ਆ ਅਤੇ ਧਿਆਨ ਤੁਹਾਡਾ ਉੱਧਰ ਆ। ਜਿਹੜਾ ਦੂਜਾ ਦਿਮਾਗ ਹੈ ਨਾ, ਇਹਦੇ ਵਿੱਚ ਅੱਖਰ ਜਿਹੜੇ ਜਾਂਦੇ ਆ ਨਾ, ਆਪਣੀ ਹੁਣ ਮੇਰੀ ਉਮਰ 30 ਸਾਲ ਹੋ ਗਈ, ਮੈਨੂੰ ਅੱਜ ਵੀ ABC ਯਾਦ ਆ, ਊੜਾੜਾ ਸਾਰਾ ਯਾਦ ਆ, ਉਹ ਕਿਵੇਂ ਯਾਦ ਆ? ਉਸ ਦਿਮਾਗ ਵਿੱਚ ਭਿੱਜੀ ਹੋਈ ਆ, ਸਟਾਰਟਿੰਗ ਤੋਂ 3 ਸਾਲ ਲਾਏ ਹੋਏ ਨਾ ਸੀਗੇ ਜੀ, ਫਸਟ 3 ਸਾਲ ਉਹਦੇ ਪੇਜ ਭਰੇ ਹੋਏ, ਉਸ ਦਿਮਾਗ ਵਿੱਚ ਪਰਮਾਨੈਂਟਲੀ ਸਟੋਰ ਹੋਇਆ ਪਿਆ। ਆਪਣੇ ਘਰ ਦਾ ਐਡਰੈਸ ਆਪਾਂ ਭੁੱਲਦੇ ਨਹੀਂ ਕਦੇ, ਉਹਦੇ ਵਿੱਚ ਸਟੋਰ ਹੋਇਆ ਪਿਆ। ਆਪਣੀ ਫੈਮਿਲੀ ਦੇ ਮੈਂਬਰਾਂ ਦੇ, ਜਿੰਨੇ ਮਰਜ਼ੀ ਮੈਂਬਰ ਹੋਣ ਫੈਮਿਲੀ ਦੇ ਵਿੱਚ, ਆਪਾਂ ਨੂੰ ਸਾਰੇ ਨਾਮ ਯਾਦ ਰਹਿੰਦੇ ਆ, ਪਰ ਜੇ ਕੋਈ ਬੰਦਾ ਕਰੇ ਆਪਾਂ ਨੂੰ ਮਿਲਿਆ ਹੈਗਾ, ਉਹਨੂੰ ਪੈਸੇ ਦਿਮਾਗ ਵਿੱਚ ਸਟੋਰ ਨਹੀਂ ਕੀਤਾ ਤਾਂ ਉਹ ਭੁੱਲ ਜਾਂਦਾ ਆਪਾਂ ਨੂੰ। ਜਿਹੜੇ ਆਪਣੇ ਆਊਟਲਾਈਨ ਵੀ ਭੁੱਲਦੀਆਂ ਪਈਆਂ, ਇਸ ਦਿਮਾਗ ਦੇ ਵਿੱਚ ਨਹੀਂ ਗਈਆਂ। ਪ੍ਰੈਜੈਂਟ ਵਿੱਚ ਰਹਿ ਕੇ ਜਦੋਂ ਪ੍ਰੈਕਟਿਸ ਕਰਦੇ, ਪ੍ਰੈਜੈਂਟ 'ਚ ਰਹਿਣਾ ਆ, ਉਦੋਂ ਪ੍ਰੈਕਟਿਸ ਕਰਨੀ ਆ, ਫਿਰ ਇਸ ਦਿਮਾਗ ਦੇ ਵਿੱਚ ਜਾਣਾ ਜਾਊਗਾ। ਉਹ ਅੱਡੋ ਅੱਡੀ ਤੁਹਾਡਾ ਦਿਮਾਗ ਹੈਗਾ, ਤੁਸੀਂ ਕਿੰਨੀ ਮਿਹਨਤ ਨਾਲ ਉਸ ਦਿਮਾਗ ਦੇ ਵਿੱਚ ਚੀਜ਼ ਨੂੰ ਭੇਜਦੇ ਹੋ। ਹੁਣ ਸਟੂਡੈਂਟ ਪੁੱਛਦੇ ਵੀ ਕਿੰਨੇ ਵਜੇ ਪੜ੍ਹਾ ਕਰੀਏ ਜੀ, ਕਿੰਨੇ ਪੇਜ ਭਰੀਏ ਜੀ, ਜਿਹਨੇ ਤਾਂ ਇਸ ਦਿਮਾਗ ਦੇ ਵਿੱਚ ਨਹੀਂ ਜਾਂਦਾ, ਸਭ ਕੌਨਸ਼ੀਅਸ ਮਾਇੰਡ ਆਪਣਾ ਹੈਗਾ ਇਹਦੇ ਵਿੱਚ, ਜਦੋਂ ਜਿਨ ਚਿਰ ਇਹ ਡਾਟਾ ਨਹੀਂ ਜਾਂਦਾ ਨਾ, ਉਨ ਚਿਰ ਇਹ ਭੁੱਲਦਾ ਹੀ ਰਹੂਗਾ। ਉੱਥੇ ਤੱਕ ਪਹੁੰਚਾਓ ਉਹਨੂੰ, ਉਹਦੇ ਅਕੋਰਡਿੰਗ ਪੇਜ ਭਰੋ, ਆਪਦੇ ਆਪ ਨੂੰ ਚੈੱਕ ਕਰਦੇ ਰਹੋ, ਵਾਕਈ ਵੀ ਹੁਣ ਮੈਨੂੰ ਪ੍ਰੈਕਟਿਸ ਦੀ ਲੋੜ ਨਹੀਂ ਹੈਗੀ, ਵੀ ਕੀ ਮੇਰੇ ਤੋਂ ਲਿਖਿਆ ਜਾ ਰਿਹਾ, ਉਹ ਆਪਦੇ ਆਪ ਨੂੰ ਚੈੱਕ ਕਰਨਾ ਹੈਗਾ। ਪ੍ਰੈਜੈਂਟ 'ਚ ਰਹੋ, ਫਿਰ ਹੀ ਡਿਕਟੇਸ਼ਨ ਲਿਖੀ ਜਾਣੀ, ਅੱਗੇ ਪਿੱਛੇ ਨਹੀਂ ਸੋਚਣਾ, ਠੀਕ ਹੈ ਜੀ। ਥੈਂਕ ਯੂ ਜੀ। ਨਾ ਸਮਝ ਲੱਗੀ ਤਾਂ ਫਿਰ ਮੈਨੂੰ ਕਾਲ ਕਰਨੀ ਆ, ਫਿਰ ਆਪਾਂ ਗੱਲ ਕਰਾਂਗੇ ਇਸ ਟੋਪਿਕ 'ਤੇ ਇੰਡੀਵਿਜੁਅਲੀ।
फिलहाल तो है प्रेजेंट च, प्रेजेंट तो कहते न्याय बन जाने। ठीक है जी, थैंक यू जी।